ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਸੁੱਖ ਖਾਨ ਕੋਟੀ। ਸਾਰੇ ਵੀਰਾਂ ਨੂੰ, ਪੰਜਾਬੀ ਭਰਾਵਾਂ ਨੂੰ, ਬਜ਼ੁਰਗਾਂ ਨੂੰ, ਮਾਤਾਵਾਂ ਨੂੰ, ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਹੋਏ ਮੇਰੇ ਪੰਜਾਬੀ ਵੀਰ, ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ, ਸੁੱਖ ਖਾਨ ਕੋਟੀ ਦਾ ਪੈਗਾਮ, ਸਲੂਟ, ਸਲਾਮ, ਆਦਾਬ। ਹਾਂ ਜੀ, ਗੱਲ ਕਰਨ ਲੱਗੇ ਹਾਂ ਗੀਤ ਜਾਗੋ ਦੀ, ਜਿਹੜਾ ਕਿ ਤੁਸੀਂ ਹਾਂ ਸੁਣ ਲਿਆ ਹੈ। ਨਹੀਂ ਸੁਣਿਆ, ਤੁਸੀਂ ਸੁਣ ਲਿਓ, ਠੀਕ ਹੈ ਜੀ। ਇਸ ਗੀਤ ਨੂੰ ਤੁਸੀਂ ਇੰਨਾ ਪਿਆਰ ਦੇ ਰਹੇ ਹੋ, ਇੰਨਾ ਹੁੰਗਾਰਾ ਦੇ ਰਹੇ ਹੋ। ਥੋੜ੍ਹੇ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਜਾਗੋ ਗੀਤ, ਜਿਸ ਨੂੰ ਲਿਖਿਆ ਏ, ਉਸ ਰਾਈਟਰ ਦਾ ਨਾਮ ਲੈਣ ਲੱਗਾ ਮੈਂ, ਜਲਦੀ ਨਾ ਕਰੋ, ਮੈਂ ਤੁਹਾਨੂੰ ਦੱਸਦਾ ਹਾਂ ਬੜੇ ਵਿਸਤਾਰ ਨਾਲ। ਉਸ ਰਾਈਟਰ ਦਾ ਨਾਮ ਹੈ ਲਖਵਿੰਦਰ ਕੁੱਦੋਵਾਲੀਆ। ਲਖਵਿੰਦਰ ਕੁੱਦੋਵਾਲੀਆ ਜਿਹੜਾ ਹੈ, ਉਹ ਅਨਮੋਲ ਹੀਰਾ, ਸੁੱਚਾ ਮੋਤੀ ਸਾਡੇ ਪੰਜਾਬ ਦਾ, ਜਿਸ ਨੇ ਆਪਣੀ ਕਲਮ ਦੇ ਵਿੱਚੋਂ ਜਿਹੜੇ ਮੋਤੀ ਤੁਹਾਨੂੰ ਦਿੱਤੇ ਨੇ, ਤੁਸੀਂ ਆਪਣੀ ਮਾਲਾ ਦੇ ਵਿੱਚ ਪਰੋ ਕੇ ਉਸ ਨੂੰ ਆਪਣੇ ਗਲ ਵਿੱਚ, ਆਪਣੇ ਦਿਲ ਵਿੱਚ ਥਾਂ ਦਿੱਤੀ ਹੈ। ਔਰ ਮੈਂ ਆਸ ਕਰਦਾ ਇਸੇ ਤਰ੍ਹਾਂ ਤੁਸੀਂ ਲਖਵਿੰਦਰ ਕੁੱਦੋਵਾਲੀਆ ਦਾ, ਕੁੱਦੋਵਾਲੀਆ ਜਿਹੜਾ ਹੈ, ਇਸ ਦੇ ਗੀਤਾਂ ਨੂੰ ਭਰਵਾਂ ਹੁੰਗਾਰਾ ਪਿਆਰ ਦਿੰਦੇ ਰਹੋਗੇ। ਅੱਗੇ ਵੀ ਤੁਹਾਡੇ ਕੋਲ ਹਾਜ਼ਰੀ ਲਵਾ ਚੁੱਕਾ ਹੈ ਮੇਰਾ ਵੀਰ ਲਖਵਿੰਦਰ ਕੁੱਦੋਵਾਲੀਆ, ਡੀਜੇ ਬੀਟ ਰਾਹੀਂ। ਤੁਸੀਂ ਯੂਟਿਊਬ 'ਤੇ ਜਾ ਕੇ ਔਰ ਜਾਗੋ ਨੂੰ, ਦੋਨਾਂ ਨੂੰ ਆਪਣਾ ਰਿਸਰਚ ਮਾਰ ਕੇ ਇਹਨਾਂ ਦੋਨਾਂ ਗੀਤਾਂ ਨੂੰ ਤੁਸੀਂ ਦੇਖ ਸਕਦੇ ਹੋ। ਲੇਕਿਨ ਜਾਗੋ ਗੀਤ ਜਿਹੜਾ ਹੈ, ਇੱਕ ਸੱਭਿਆਚਾਰ ਗੀਤ ਹੈ, ਸਾਡੇ ਪਰਿਵਾਰ ਵਿੱਚ ਬੈਠ ਕੇ ਸੁਣਿਆ ਜਾ ਸਕਦਾ ਹੈ। ਦੋਸਤੋ, ਲਾਈਕ ਕਰਨਾ ਨਾ ਭੁੱਲਿਓ, ਸ਼ੇਅਰ ਕਰਨਾ ਨਾ ਭੁੱਲਿਓ ਮੇਰੇ ਪੰਜਾਬੀ ਵੀਰੋ, ਮੇਰੇ ਦਿਲ ਦੇ ਬਿਲਕੁਲ ਕਰੀਬ, ਮੇਰੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਪੰਜਾਬੀ ਵੀਰ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇਸ ਗੱਲ ਦੀਆਂ, ਔਰ ਲਖਵਿੰਦਰ ਕੁੱਦੋਵਾਲੀਏ ਨੂੰ। ਦੋਸਤੋ, ਗੱਲ ਆ ਗਈ ਹੈ ਇਸ ਦੇ ਮਿਊਜ਼ਿਕ ਦੀ। ਮਿਊਜ਼ਿਕ ਨੂੰ ਬੜੀ ਮਿਹਨਤ ਦੇ ਨਾਲ, ਤਸ਼ੱਦਦ ਦੇ ਨਾਲ ਤਿਆਰ ਕੀਤਾ ਹੈ ਸਾਡੇ ਵੱਡੇ ਭਾਜੀ ਹੋਣਾ ਨੇ, ਦਿਲ ਖੁਸ਼ ਹੋਣਾ ਨੇ, ਦਿਲ ਖੁਸ਼ ਥਿੰਦ ਸਾਹਿਬ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇਸ ਸੌਂਗ ਦੀਆਂ, ਇਸ ਦੇ ਮਿਊਜ਼ਿਕ ਕਰਨ ਦੀਆਂ। ਔਰ ਇਸ ਨੂੰ ਕੈਨੇਡਾ ਦੇ ਵਿੱਚ, ਟੋਰਾਂਟੋ ਦੇ ਵਿੱਚ ਤੁਸੀਂ ਰਹਿ ਕੇ ਰਿਲੀਜ਼ ਕੀਤਾ ਹੈ ਵਰਲਡ ਵਾਈਡ। ਤੁਹਾਡੀ ਸਾਰੀ ਟੀਮ ਨੂੰ ਵੀ ਮੇਰੇ ਵੱਲੋਂ, ਸੁੱਖ ਖਾਨ ਕੋਟੀ ਵੱਲੋਂ ਬਹੁਤ ਬਹੁਤ ਮੁਬਾਰਕਾਂ। ਔਰ ਇਸ ਨੂੰ, ਇਸ ਦਾ ਜਿਹੜਾ ਫਲਮਾਕਣ ਹੈ, ਬੜੇ ਵਧੀਆ ਤਰੀਕੇ ਦੇ ਨਾਲ ਤੁਸੀਂ ਕੀਤਾ ਹੈ, ਔਰ ਪੂਰਾ ਪੰਜਾਬੀ ਸੱਭਿਆਚਾਰ ਇਸ ਦੇ ਵਿੱਚ ਦਿਖਾਇਆ ਹੈ, ਕਿਉਂਕਿ ਇਹ ਗੀਤ ਹੈ ਹੀ ਇੰਨਾ ਵਧੀਆ ਹੈ। ਔਰ ਤੁਸੀਂ ਫਲਮਾਕਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਥਿੰਦ ਸਾਹਿਬ ਹੋਣਾ ਦੀ ਇਹ ਜਿਹੜੀ ਕੰਪਨੀ ਹੈ ਦਿਲ ਖੁਸ਼ ਰਿਕਾਰਡ, ਇਹਨੂੰ ਢੇਰ ਸਾਰੀਆਂ ਮੁਬਾਰਕਾਂ ਸਾਰੀ ਟੀਮ ਨੂੰ ਹੀ। ਔਰ ਇਹੋ ਜਿਹਾ ਮਿਊਜ਼ਿਕ ਪੰਜਾਬੀ ਸਰੋਤਿਆਂ ਦੀ ਝੋਲੀ ਪਾਉਂਦੇ ਰਹੋ, ਔਰ ਪੰਜਾਬੀ ਸਰੋਤੇ ਜਿਹੜਾ ਤੁਹਾਨੂੰ ਮਣਾ ਮੋਹੀ ਪਿਆਰ ਦਿੰਦੇ ਰਹਿਣ। ਥੈਂਕ ਯੂ ਸੋ ਮੱਚ ਥਿੰਦ ਸਾਹਿਬ, ਦਿਲ ਖੁਸ਼ ਭਾਅ ਜੀ, ਤੁਹਾਡੀ ਸਾਰੀ ਟੀਮ ਨੂੰ, ਤੁਹਾਡੀ ਫੈਮਿਲੀ ਨੂੰ, ਤੁਹਾਡੇ ਪਰਿਵਾਰ ਨੂੰ, ਸਾਰੇ ਵਰਲਡ ਵਾਈਡ ਜਿੰਨੇ ਵੀ ਮੇਰੇ ਪੰਜਾਬੀ ਵੀਰ ਇਹ ਮੇਰੀ ਗੱਲ ਨੂੰ ਸੁਣ ਰਹੇ ਨੇ, ਦਿਲ ਖੁਸ਼ ਭਾਅ ਜੀ ਹੋਣਾ ਨੂੰ, ਕੈਨੇਡਾ ਨੂੰ, ਕੈਨੇਡਾ ਵਿੱਚ ਰਹਿ ਕੇ ਵੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ, ਤੁਹਾਨੂੰ ਸਲਾਮ ਹੈ, ਤੁਹਾਨੂੰ ਸਲੂਟ ਹੈ, ਸਤਿ ਸ਼੍ਰੀ ਅਕਾਲ। ਔਰ ਲਖਵਿੰਦਰ ਕੁੱਦੋਵਾਲੀਆ ਜਿਹੜਾ ਹੈ, ਬਹੁਤ ਅਨਮੋਲ ਹੀਰਾ, ਸੁੱਚਾ ਮੋਤੀ ਜਿਹੜਾ ਕਿ ਸਾਡੇ ਪੰਜਾਬ ਨੂੰ ਮਿਲਿਆ, ਪੰਜਾਬ ਦੀ ਮਿੱਟੀ ਦੇ ਵਿੱਚੋਂ ਖੁਸ਼ਬੂ ਉਹਨੇ ਖਿਲਾਰੀ ਹੈ, ਸਾਡੇ ਤੱਕ ਪਹੁੰਚਾਈ ਹੈ। ਇਸ ਨੂੰ ਲਾਈਕ ਕਰਨਾ, ਵੱਧ ਤੋਂ ਵੱਧ ਸ਼ੇਅਰ ਕਰਨਾ ਇਸ ਗੀਤ ਨੂੰ ਜਾਗੋ ਨੂੰ, ਜਿਹਨੇ ਆਪਣੀ ਕਲਮ ਦੇ ਨਾਲ ਪਰੋਇਆ ਹੈ। ਔਰ ਮੈਂ ਆਸ ਕਰਦਾ ਕਿ ਤੁਸੀਂ ਨਿਰਾਸ਼ ਨਹੀਂ ਕਰੋਗੇ। ਥੈਂਕ ਯੂ ਸੋ ਮੱਚ, ਜਿਉਂਦੇ ਵੱਸਦੇ ਰਹੋ, ਰੱਬ ਰੱਖਾ।